ਤਪਦੀ ਗਰਮੀ ਵਿਚਾਲੇ ਜਿੱਥੇ ਅੱਜ ਲੋਕ ਪਹਾੜਾਂ ਦਾ ਰੁੱਖ ਕਰ ਰਹੇ ਨੇ, ਉੱਥੇ ਇੱਕ ਗੁਰਸਿੱਖ ਅਜਿਹਾ ਵੀ ਹੈ ਜਿਹੜਾ ਕਿ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਸਬਜ਼ੀ ਮੰਡੀ ਦੇ ਵਿੱਚ ਆ ਰਿਹਾ ਅਤੇ ਸਬਜ਼ੀਆਂ ਦਾ ਜਿਹੜਾ ਉਹ ਕੰਮ ਕਰਕੇ ਆਪਣੇ ਪਰਿਵਾਰ ਦਾ ਜਿਹੜਾ ਉਹ ਪੇਟ ਭਰ ਰਿਹਾ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹ ਤੋਂ ਜਾਣਦੇ ਹਾਂ ਕਿ 74-75 ਸਾਲ ਦੀ ਉਮਰ ਦੇ ਵਿੱਚ ਅਜਿਹਾ ਕੀ ਵਾਪਰ ਗਿਆ ਕਿ ਉਹਨਾਂ ਨੂੰ ਸਬਜ਼ੀ ਮੰਡੀ ਦੇ ਵਿੱਚ ਆ ਕੇ ਜਿਹੜਾ ਉਹ ਕੰਮ ਕਰਨਾ ਪੈ ਰਿਹਾ, ਆਖਿਰ ਵਜ੍ਹਾ ਕੀ ਰਹੀ? ਬਾਬਾ ਜੀ, ਸਾਨੂੰ ਪਹਿਲਾਂ ਤੁਹਾਡਾ ਵੈਲਕਮ ਹੈ ਨਿਊਜ਼ 18 ਦੇ ਵਿੱਚ। ਮਿਹਰਬਾਨੀ ਆਪ ਜੀ ਦੀ। ਬਾਬਾ ਜੀ, ਸਾਨੂੰ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਕੀ ਵਜ੍ਹਾ ਕਿ ਤੁਸੀਂ ਜਿਹੜਾ ਇੱਥੇ ਸਬਜ਼ੀ ਮੰਡੀ ਦੇ ਵਿੱਚ ਆ ਕੇ ਤੇ ਕੰਮ ਕਰ ਰਹੇ ਹੋ? ਅਸੀਂ ਆਪਣੀ ਸਿਹਤ ਤੇ ਉੱਤੇ ਬੜੇ ਚ ਕੰਮ ਕੀਤਾ, ਜਵਾਨੀ ਚ ਕੰਮ ਕਰਦੇ ਰਹੇ ਹਾਂ, ਹੁਣ ਵੀ ਬੜਾ ਪੇ ਕੰਮ ਕਰਨਾ ਪੈ ਗਿਆ, ਕਰਨਾ ਪੈਂਦਾ ਹਰ ਵੇਲੇ, ਇਹ ਨਹੀਂ ਗੱਲ ਕਹਿਣੀ ਵੀ ਨਹੀਂ ਕਰਨਾ, ਕਰਨਾ ਪੈਣਾ। ਪਰ ਇੰਨੀ ਉਮਰ ਹੋ ਗਈ ਆ, ਉਹਦੇ ਬਾਵਜੂਦ ਇਸ ਵੇਲੇ ਗਰਮੀ ਦਾ ਪੂਰਾ ਤਪਦੀ ਗਰਮੀ ਪੈ ਰਹੀ, ਉਹਦੇ ਬਾਵਜੂਦ ਤੁਸੀਂ ਜਿਹੜਾ ਇੱਥੇ ਆਏ ਹੋ, ਕੀ ਇਹੋ ਲਿਆ ਵਾਪਰ ਗਿਆ ਭਾਣਾ ਕਿ ਤੁਹਾਨੂੰ ਜਿਹੜਾ ਇਸ ਗਰਮੀ ਦੇ ਵਿੱਚ ਵੀ ਘਰੋਂ ਬਾਹਰ ਨਿਕਲਣਾ ਪੈ ਰਿਹਾ ਇਸ ਉਮਰ ਚ? ਮੈਂ ਜੀ ਘਰ ਔਲਾਦ ਦੇ ਕਰਕੇ ਜਾ, ਸਾਰੇ ਪਰੇਸ਼ਾਨੀ ਔਲਾਦ ਕਰਕੇ ਹੈ, ਔਲਾਦ ਚਲੀ ਗਈ, ਸਾਰੇ ਕੰਮ ਫਤਿਹ ਹੋ ਗਏ, ਸਾਰੇ ਕੰਮ ਕਰਨੇ ਪੈ ਗਏ, ਆਪ ਹੀ ਕਰਨੇ ਪੈਣੇ। ਹਾਂਜੀ, ਕੀ ਹੋਇਆ, ਕੀ ਸੀਗਾ? ਹੋਇਆ ਕੁਝ ਵੀ ਨਹੀਂ, ਅਟੈਕ ਹੀ ਸਮਝ ਲਓ, ਡਾਕਟਰ ਤੇ ਕਹਿੰਦੇ ਅਟੈਕ ਹੈ, ਕੋਈ ਬਿਮਾਰ ਨਹੀਂ, ਕੁਛ ਬਿਮਾਰ ਨਹੀਂ ਹੋਏ। ਹਾਂਜੀ, ਤੇ ਹੁਣ ਜਿਹੜਾ ਘਰ ਦਾ ਫਿਰ ਗੁਜ਼ਾਰਾ ਕਿਸਾ ਚੱਲਦਾ, ਕਿੰਨੇ ਪਰਿਵਾਰ ਦੇ ਜੀ ਹੈਗੇ ਨੇ? ਪਰਿਵਾਰ ਦੇ ਜੀ ਹੈਗੇ ਅਸੀਂ ਆ 7। ਹਾਂਜੀ, 4 ਵੱਖਰੇ, 3 ਵੱਖਰੇ ਹੈਗੇ। ਠੀਕ ਹੈ। ਹਾਂਜੀ, ਤੇ ਤੁਹਾਡੇ ਨਾਲ ਜਿਹੜੇ ਨੇ ਪਰਿਵਾਰ ਦੇ ਕਿੰਨੇ ਜੀ ਰਹਿੰਦੇ ਨੇ? ਮੇਰੇ ਨਾਲ 4 ਜੀ ਰਹਿੰਦੇ ਨੇ। ਤੇ ਕਿਸ ਤਰ੍ਹਾਂ ਫਿਰ ਗੁਜ਼ਾਰਾ, ਸਾਰਾ ਤੁਹਾਡੇ ਉੱਤੇ ਹੀ ਹੈ ਘਰ ਦਾ ਗੁਜ਼ਾਰਾ? ਸਰਕਾਰ ਵੱਲੋਂ ਮਿਲਦੇ ਨੇ, ਉਹਨਾਂ ਨੂੰ ਪੈਨਸ਼ਨ ਮਿਲਦੀ ਹੈ, ਜਿਨ੍ਹਾਂ ਦੇ ਵਿਧਵਾ ਹੋਏ ਦੇ ਆ ਉਹਨਾਂ ਨੂੰ ਪੈਨਸ਼ਨ ਮਿਲਦੀ ਹੈ, ਬੱਚਿਆਂ ਨੂੰ ਵੀ ਪੈਨਸ਼ਨ ਮਿਲਦੀ, ਪੜ੍ਹਾਈ ਵਾਲਾ ਖਰਚਾ ਵੀ ਚੁੱਕਣ ਵਾਲੀ ਸੰਸਥਾ ਵਾਲੇ ਆਉਂਦੇ ਨੇ, ਉਹ ਕਰ ਜਾਂਦੇ ਨੇ। ਚਲੋ, ਇਹ ਤਾਂ ਆ ਗਿਆ ਕਿ ਪੈਨਸ਼ਨ ਕਿੰਨੀ ਕੁ ਮਿਲ ਜਾਂਦੀ ਹੈ? ਪੈਨਸ਼ਨ 1500 ਰੁਪਇਆ ਸਾਰਾ। ਤੇ 1500 ਨਾਲ ਘਰ ਦਾ ਗੁਜ਼ਾਰਾ ਚੱਲ ਜਾਂਦਾ? ਹਾਂ, 1500 ਮੈਨੂੰ ਮਿਲਦਾ, 1500 ਮੇਰੇ ਘਰ ਦੇ ਨੂੰ ਮਿਲ ਜਾਂਦਾ। ਅੱਛਾ। ਹਾਂਜੀ, ਤੇ ਜਿਹੜਾ ਹੁਣ ਤੁਸੀਂ ਸਬਜ਼ੀ ਮੰਡੀ ਦੇ ਵਿੱਚ ਆ ਕੇ ਇੱਥੇ ਕੰਮ ਕਰ ਰਹੇ ਹੋ, ਇਹ ਤੋਂ ਕਿੰਨੀ ਕਮਾਈ ਕਰ ਲੈਂਦੇ? ਬਸ ਇਹ 250 ਰੁਪਏ ਬਣ ਜਾਂਦਾ ਰੋਜ਼ ਦਾ, ਇਸ ਤੋਂ ਵੱਧ ਨਹੀਂ, ਕਦੇ 150 ਵੀ ਬਣ ਜਾਂਦਾ, ਕਦੇ 200 ਬਣ ਜਾਂਦਾ। ਤੇ ਜੇਕਰ ਤੁਹਾਡੀ ਕੋਈ ਮਦਦ ਕਰਨਾ ਚਾਹੇ ਤੇ ਕਿਆ ਤੁਸੀਂ ਲੈਣ ਨੂੰ ਤਿਆਰ ਹੋ? ਸਰਕਾਰ ਆਵੇ ਤੇ ਜੀ ਸਦਕੇ ਲੈਣ ਨੂੰ ਤਿਆਰ ਹੈ। ਅਸੀਂ ਦੇਖਿਆ ਕਿ ਤੁਹਾਡੀਆਂ ਲੱਤਾਂ ਵੀ ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਕਰਦੀਆਂ, ਉਹਦੇ ਬਾਵਜੂਦ ਤੁਸੀਂ ਸਾਈਕਲ ਦੇ ਉੱਤੇ ਜਿਹੜਾ ਆ ਇੱਥੇ ਕੰਮ ਕਰ ਰਹੇ ਹੋ, ਕਿਸ ਤਰ੍ਹਾਂ ਕਰ ਲੈਂਦੇ ਹੋ ਸਾਰਾ ਕੁਝ? ਇੱਦਾਂ ਹੀ ਫਿਰ ਮਾਲਕ ਦੇ ਇਸ ਤਰ੍ਹਾਂ ਰਵੇ ਜੀ, ਇਹ ਤਾਂ ਤੰਗੀ ਨੂੰ ਜਾਂ ਮਜਬੂਰੀ ਨੂੰ ਕਰਨਾ ਪੈਂਦਾ, ਹੋਰ ਕੋਈ ਕਹੋ, ਸਤਿਗੁਰ ਦਾ ਸ਼ੁਕਰ ਗੁਜ਼ਾਰ ਕਰਦੇ ਹਾਂ, ਚਲੋ ਜ਼ਿਆਦਾ ਜੈਸਾ ਵਕਤ ਆਇਆ ਵੈਸਾ ਉਹ ਕੱਢੀ ਜਾ ਰਿਹਾ। ਤਾਂ ਦੇਖਿਆ ਤੁਸੀਂ ਕਿ ਗੁਰਸਿੱਖ ਨੇ ਜਿਹੜੇ ਕਿ ਸਬਜ਼ੀ ਮੰਡੀ ਦੇ ਵਿੱਚ ਕੰਮ ਕਰ ਰਹੇ ਨੇ, ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਭਾਣੇ ਅਜਿਹੇ ਵਾਪਰੇ ਕਿ ਉਹਨਾਂ ਨੂੰ ਮੁੜ ਇੱਕ ਵਾਰ ਇਸ ਉਮਰ ਦੇ ਵਿੱਚ ਜਿਹੜਾ ਆ ਦੁਬਾਰਾ ਕੰਮ ਕਰਨ ਦੀ ਲੋੜ ਪਈ ਹੈ। ਸੋ ਲਿਹਾਜ਼ਾ ਸਰਕਾਰਾਂ ਨੂੰ ਵੀ ਅਪੀਲ ਕਰਦੇ ਦਿਸ ਰਹੇ ਨੇ ਕਿ ਸਰਕਾਰਾਂ ਅਜਿਹੇ ਲੋਕਾਂ ਦੀ ਮਦਦ ਲਈ ਸਾਹਮਣੇ ਆਉਣ, ਤਾਂ ਜੋ ਉਹ ਵੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰ ਸਕਣ। ਸੁਖਜਿੰਦਰ ਕੁਮਾਰ, ਨਿਊਜ਼ 18 ਪੰਜਾਬ, ਪਠਾਨਕੋਟ।